ਬਹੁਤ ਸਾਰੇ ਕਿਸਾਨ ਭਰਾ ਹਮੇਸ਼ਾ ਇੱਕ ਸਵਾਲ ਪੁੱਛਦੇ ਆ ਕਿ ਉਹਨਾਂ ਨੇ ਕੈਨੇਡਾ ਆਉਣਾ ਤੇ ਉਹ ਕੈਨੇਡਾ ਕਿੱਦਾਂ ਆਵਾਂ ਨਾਲ ਦੀ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਇਹੋ ਜਿਹੇ ਕਿਹੜੇ ਪ੍ਰੋਗਰਾਮ ਆ ਜਿਨ੍ਹਾਂ ਦੇ ਥਰੂ ਉਹ ਕੈਨੇਡਾ ਆ ਸਕਦੇ ਆ ਤੇ ਇੱਥੇ ਆਣ ਕੇ ਪੀਆਰ ਲੈ ਸਕਦੇ ਆ ਕਿਉਂਕਿ ਜਿਹੜਾ ਬੰਦਾ ਕਿਸਾਨੀ ਕਰਦਾ ਪੰਜਾਬ ਦੇ ਵਿੱਚ ਸੋ ਉਹਦੇ ਲਈ ਆਇਲਟਸ ਕਰਨੀ ਬਹੁਤ ਔਖੀ ਆ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਕਿਸਾਨੀ ਮੁੱਦੇ ਦੇ ਉੱਤੇ ਜਾਨੀ ਕਿ ਕੈਨੇਡਾ ਦੇ ਵਿੱਚ ਕਿਹੜੇ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਦੇ ਥਰੂ ਪੰਜਾਬ ਤੋਂ ਜਾਂ ਕਿਸੇ ਵੀ ਭਾਰਤੀ ਸਟੇਟ ਦੇ ਵਿੱਚੋਂ ਜਾਂ ਕਿਸੇ ਵੀ ਕੰਟਰੀ ਦੇ ਵਿੱਚੋਂ ਫਾਰਮਿੰਗ ਵਾਲੇ ਕਿੱਤੇ ਦੇ ਵਿੱਚ ਆਣ ਕੇ इजीली ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਇਹਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ RCIC ਮੈਂਬਰ ਬਾਈ ਅਮਨਦੀਪ ਸਿੰਘ ਢਿੱਲੋਂ ਸਾਡੇ ਨਾਲ ਸ਼ਾਮਲਾ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਸਸਿਕਾਲ ਜੀ ਹਾਲਚਾਲ ਬਹੁਤ ਵਧੀਆ ਨੇ ਤੇ ਉਮੀਦ ਕਰਦੇ ਆ ਕਿ ਸਾਰੇ ਦੇਖਣ ਵਾਲਿਆਂ ਦੇ ਹਾਲਚਾਲ ਵੀ ਬਾਗੋ ਬਾਗ ਹੋਣਗੇ ਸੋ ਭਾਈ ਜੀ ਹਮੇਸ਼ਾ ਆਪਾਂ ਵੀ ਕਿਸਾਨੀ ਪਰਿਵਾਰਾਂ ਚੋਂ ਇੱਥੇ ਉੱਠ ਕੇ ਆਏ ਆ ਸੋ ਪਹਿਲਾਂ ਆਪਾਂ ਨੂੰ ਭੇਜਿਆ ਸੋ ਬਹੁਤ سارے ਪੈਣਪਰਾ ਇਦਾਂ ਦੇ ਆ ਜਿਹੜੇ ਵੀ ਇੰਨਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਤੇ ਉਹ ਕੈਨੇਡਾ ਆਉਣਾ ਚਾਹੁੰਦੇ ਆ ਤੇ ਇੱਥੇ ਆਣ ਕੇ ਆਪਦਾ ਚੰਗਾ ਜੀਵਨ ਬਤੀਤ ਕਰਨਾ ਚਾਹੁੰਦੇ ਆ ਕਿਉਂ ਕਿ ਕਿਉਂਕਿ ਤੁਹਾਨੂੰ ਪਤਾ ਜਦੋਂ ਦੇ ਆ ਕਿਸਾਨੀ ਲਾਜ ਆਏ ਸੀ ਇਹ ਤੇ ਚਲੋ ਉਹ ਵਾਪਸ ਮੁੜ ਗਏ ਆ ਬਟ ਹਰੇਕ ਕਿਸਾਨ ਜਿਹੜਾ ਪੰਜਾਬ ਚ ਬੈਠਾ ਉਹ ਚਾਹੁੰਦਾ ਕਿ ਉਹ ਇੱਕ ਚੰਗੀ ਜ਼ਿੰਦਗੀ ਆਪਦੇ ਜਵਾਕਾਂ ਦੇ ਲਈ ਜੀਵੇ ਤੇ ਉਹਦੇ ਜਵਾਕ ਵੀ ਜੀਣ ਅਫੇ ਕਿਹੜੇ ਪ੍ਰੋਗਰਾਮ ਬਾਈ ਜੀ ਹੈਗੇ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸ ਦਿਓ ਸੋ ਸਿਮਰ ਜਿਵੇਂ ਤੁਸੀਂ ਕਿਹਾ ਵੀ ਕਿਸਾਨੀ ਦੇ ਵਿੱਚ ਆ ਪੰਜਾਬ ਦੀ ਕਿਸਾਨੀ ਨੂੰ ਪਹਿਲਾਂ ਦੋ ਹਿੱਸਿਆਂ 'ਚ ਵੰਡ ਸਕਦੇ ਆ ਵੀ ਜਿਵੇਂ ਤੁਸੀਂ ਕਿਹਾ ਵੀ ਕੁਝ ਹੈਗੇ ਨੇ ਜਿਹੜੇ ਫੋਰਡ ਕਰ ਸਕਦੇ ਆ ਵੱਡੇ ਕਿਸਾਨ ਉਹ ਵੀ ਆਉਣਾ ਚਾਹੁੰਦੇ ਨੇ ਖੈਰ ਸਿਸਟਮ ਕਰਕੇ ਕੁਝ ਨੇ ਜਿਹੜੇ ਦਰਮਿਆਨੇ ਜਾਂ ਛੋਟੇ ਕਿਸਾਨ ਸੋ ਵੱਡੇ ਕਿਸਾਨਾਂ ਵਾਸਤੇ ਤਾਂ ਇੱਥੇ ਜੀ ਇਨਵੈਸਟਮੈਂਟ ਪ੍ਰੋਗਰਾਮ ਇਨਵੈਸਟਰ ਪ੍ਰੋਗਰਾਮ ਫਾਰਮ ਵਾਲੇ ਹੈਗੇ ਆ ਉਹਨਾਂ ਬਾਰੇ ਆਪਾਂ ਫੇਰ ਕਦੇ ਡਿਸਕਸ ਕਰ ਲਾਂਗੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਵੀਜ਼ਾਂ ਵਾਲੇ ਪ੍ਰੋਗਰਾਮ ਆ ਨੇ ਭਾਈ ਜੀ ਇੱਕ ਤੁਸੀਂ ਇੱਕ ਮਿੰਟ ਰੋਕਤਾ ਜੀ ਇੱਕ ਤੁਸੀਂ ਨਾ ਸਵਾਲ ਕੀਤਾ ਸੀ ਮੈਨੂੰ ਕੁਝ ਦਿਨ ਪਹਿਲਾਂ ਇੱਕ ਚੀਜ਼ ਦੱਸੀ ਸੀ ਕਹਿੰਦੇ ਵੀ ਜਿਹੜਾ ਬੰਦਾ ਮੁਰਗੇ ਫੜਨ ਵਾਲਾ ਵੀ ਉਹਨੂੰ ਵੀ ਪੀਆਰ ਮਿਲ ਸਕਦੀ ਆ ਵੀ ਜਿਹੜਾ ਬੰਦਾ ਮੁਰਗੀਆਂ ਮਰਗੀਆਂ ਫੜਦਾ ਜਾਂ ਉਹਨੂੰ ਵੀ ਪੀਆਰ ਸੌਖੀ ਕਿੱਦਾਂ ਵੀ ਹੈਗਾ ਕੋਈ ਇਦਾਂ ਦੀ ਗੱਲਬਾਤ ਹਾਂਜੀ ਬਿਲਕੁਲ ਹੈਗੀ ਆ ਆ ਸੋ ਬੇਸਿਕਲੀ ਜਦੋਂ ਆ ਮੁਰਗੇ ਫੜਨ ਦੀ ਗੱਲ ਕਰਦੇ ਆ ਤਾਂ ਉਹ ਇੱਕ ਚਿਕਨ ਕੈਚਰ ਨਾਮ ਦੀ ਇੱਥੇ ਕਹ ਲਓ ਵੀ ਉਹਦੀ ਜੋਬ ਡਿਸਕ੍ਰਿਪਸ਼ਨ ਆਉਂਦੀ ਆ ਐਨਓਸੀ 8431 ਦੇ ਵਿੱਚ ਮਤਲਬ ਉਹ ਜਿਹੜਾ ਫਾਰਮ ਵਰਕਰ ਹੁੰਦਾ ਉਹਦੇ ਅੰਡਰ ਅੱਗੇ ਪੋਲਟਰੀ ਵਰਕਰ ਦੇ ਵਿੱਚ ਅੱਗੇ ਫਿਰ ਚਿਕਨ ਕੈਚਰ ਆ ਜਾਂਦਾ ਸੋ ਜੇ ਆਪਾਂ ਹੁਣ ਮੁਰਗੇ ਫੜਨ ਵਾਲੀ ਗੱਲ ਕਰੀਏ ਜਾਂ ਜਰਨਲ ਫਾਰਮ ਵਰਕਰ ਦੀ ਵੀ ਗੱਲ ਕਰੀਏ। ਭਾਈ ਜੀ 1 ਮਿੰਟ ਰੁਕੋ ਜੀ 1 ਮਿੰਟ ਇੱਥੇ ਆਪਾਂ ਪ੍ਰੋਗਰਾਮ ਦੀ ਰੂਪਰੇਖਾ ਦੱਸ ਦਈਏ ਵੀ ਕਿਹੜੇ ਪ੍ਰੋਗਰਾਮ ਦੇ ਥਰੂ ਆ ਸਕਦੇ ਐਗਰੀ ਫੂਡ ਪਾਇਲਟ ਪ੍ਰੋਗਰਾਮ ਹੈਗਾ ਜੀ ਜਿਹਦੇ ਉੱਤੇ ਭਾਈ ਜੀ ਠੱਗੀ ਵੀ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਆਪਣੇ ਕਿਸਾਨ ਵੀਰਾਂ ਦੇ ਨਾਲ ਕਿ ਤੁਹਾਨੂੰ ਫਾਰਮ ਵਰਕਰ ਵੀਜ਼ਾ ਤੇ ਭੇਜ ਦੇਾਂਗੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਉਹ ਕਿੰਨਾ ਕੁ ਈਜ਼ੀ ਹੈ ਕਿਦਾਂ ਲਾ ਸਕਦੇ ਫਾਰਮ ਵਰਕਰ ਵੀਜ਼ਾ ਸੋ ਉਹਦੇ ਬਾਰੇ ਵੀ ਪਹਿਲਾਂ ਭਾਈ ਜੀ ਠੱਗੀ ਵਾਲੀ ਗੱਲ ਦੇਖੋ ਕਿ ਵੈਸਟਰ ਵੀਜ਼ਾ ਲਾ ਕੇ ਉਹਨਾਂ ਨੂੰ ਇੱਥੇ ਭੇਜ ਦਿੱਤਾ ਜਾਂਦਾ ਠੀਕ ਹੈ ਆਪਾਂ ਕੁਝ ਦਿਨ ਪਹਿਲਾਂ ਗੱਲ ਕਰ ਚੁੱਕੇ ਹਾਂ ਸੋ ਫਾਰਮ ਵਰਕਰ ਦੇ ਜਿਹੜੇ ਵੀਜ਼ੇ ਆ ਕਹਿੰਦੇ ਵੀ ਉਹ ਖੁੱਲਦੇ ਆ ਵੀ ਖੁੱਲੇ ਆ ਜਾਂ ਨਹੀਂ ਇਹ ਬੰਦ ਹੁੰਦੇ ਆ ਜਾਂ ਖੁੱਲੇ ਹੀ ਰਹਿੰਦੇ ਹਮੇਸ਼ਾ ਹੀ ਇਹ ਦੇਖੋ ਜੀ ਦੋ ਚੀਜ਼ਾਂ ਨੇ ਇਹਦੇ ਚ ਆ ਇੱਕ ਹੈਗੀ ਵੀਜ਼ਾ ਜਾਂ ਵਰਕ ਪਰਮਿਟ ਦੀ ਗੱਲ ਇੱਕ ਹੈਗੀ ਇਸ ਪ੍ਰੋਗਰਾਮ ਦੇ ਥਰੂ ਪੀਆਰ ਲੈਣ ਦੀ ਗੱਲ ਰਹੀ ਕੇ ਜੀ ਸੋ ਜਦ ਤੱਕ ਆਪਾਂ ਵੀਜ਼ੇ ਦੀ ਗੱਲ ਕਰਦੇ ਆ ਜਾਂ ਵਰਕ ਪਰਮਿਟ ਦੀ ਗੱਲ ਕਰਦੇ ਆ ਉਹਦੇ ਵਿੱਚ ਖੁੱਲਣਾ ਬੰਦ ਹੋਣਾ ਕੁਝ ਨਹੀਂ ਹੁੰਦਾ ਉਦੇ ਵਿੱਚ ਸਿੱਧੀ ਜੀ ਗੱਲ ਹੈ ਕੋਈ ਵੀ ਬੰਦਾ ਬਿਨਾ ਐਲਐਮਆਈਏ ਦੇ ਤੋਂ ਕੈਨੇਡਾ ਦੇ ਵਿੱਚ ਨਹੀਂ ਆ ਸਕਦਾ ਸੋ ਤੁਹਾਨੂੰ ਕਿਸੇ ਫਾਰਮ ਤੋਂ ਇਥੋਂ ਐਲਐਮਆਈਏ ਆ ਜਿਹੜੀ ਉਹ ਚਾਹੀਦੀ ਆ ਕਿ ਉਹ ਕਹਿਣ ਵੀ ਹਾਂ ਇਹ ਬੰਦਾ ਸਾਨੂੰ ਚਾਹੀਦਾ ਉਦੋਂ ਬਾਅਦ ਹੀ ਤੁਸੀਂ ਇੱਥੇ ਆ ਸਕਦੇ ਆ ਤੇ ਇਹਦੇ ਚ ਨਾਲ ਮੈਂ ਐਡ ਕਰ ਦਿੰਨਾ ਕਿ ਭਾਵੇਂ ਤੁਹਾਡਾ ਉਥੇ ਫਾਰਮਿੰਗ ਦਾ ਐਕਸਪੀਰੀਅੰਸ ਹੈਗਾ ਹੀ ਆ ਫੇਰ ਵੀ ਇਹ ਕਾਫੀ ਮੇਨਤ ਮੰਗਦੀਆਂ ਨੇ ਫਾਈਲਾਂ ਤੇ ਇਹਦੇ ਚ ਐਲ ਐਮ ਆਈ ਵਾਲੀ ਠੱਗੀ ਵੀ ਬਹੁਤ ਆ ਲੋਕ ਕਹਿ ਦਿੰਦੇ ਆ ਵੀ ਆ ਜੀ ਅਸੀਂ ਤੁਹਾਨੂੰ ਐਲ ਐਮ ਆਈਏ ਦੇਤੀ ਇਹਦਾ ਇਨੀਸ਼ੀਅਲ ਖਰਚਾ 2 ਲੱਖ 3 ਲੱਖ 4 ਲੱਖ ਆ ਗਿਆ ਸਾਨੂੰ ਇਹ ਦੇ ਦਿਓ ਬਾਕੀ ਤੁਹਾਡਾ ਵੀਜ਼ਾ ਆਉਂਦਾ ਰਹੂਗਾ ਸੋ ਐਲ ਐਮ ਆਈਏ ਬਹੁਤ ਵਾਰੀ ਮਤਲਬ ਮੋਰ ਥੈਨ 70% ਮੈਂ ਦੇਖਿਆ ਵੀ ਉਹ ਭੇਜ ਦਿੰਦ ਨੇ ਬਾਈ ਜੀ ਐਲਐਮਆਈਆ ਮਿਲੀ ਆ ਉਹ ਜਾਲੀ ਹੋਈ ਹੁੰਦੀ ਆ ਉਹ ਆਪ ਹੀ ਛਾਪ ਕੇ ਲੋਕ ਉੱਥੇ ਵੰਡੀ ਜਾਂਦੇ ਆ ਹੈਨਾ ਸੋ ਠੱਗੀ ਤਾਂ ਇਹਦੇ ਚ ਇਸ ਤਰੀਕੇ ਬਹੁਤ ਵੱਡੀ ਹੈ ਜਿਹੜੀ ਚੱਲਦੀ ਆ ਉਸ ਤੋਂ ਬਾਅਦ ਵੀ ਇਹ ਆ ਵੀ ਇਹਦੇ ਚ ਜਿਹੜੀ ਮੈਂ ਕਿਹਾ ਵੀ ਸਕਸੈਸ ਰੇਟ ਆ ਉਹ ਇੰਡੀਆ ਦੇ ਵਿੱਚੋਂ ਜੇ ਆਪਾਂ ਲਾਈਏ ਉਹ ਕਾਫੀ ਮਤਲਬ ਕਹਿ ਲਓ ਵੀ ਮੀਡੀਅਮ ਜੀ ਸਕਸੈਸ ਰੇਟ ਆ ਕਾਫੀ ਘੱਟ ਵਾਲੇ ਪਾਸੇ ਨੂੰ ਆ ਬਹੁਤੀ ਨਹੀਂ ਹੈਗੀ ਸੋ ਇਹ ਪ੍ਰੋਗਰਾਮ ਜ਼ਰੂਰ ਆ ਬਟ ਇਹਦੇ ਜਿਹੜੇ ਮਤਲਬ ਬੈਕਗ੍ਰਾਉਂਡ ਦੇ ਵਿੱਚ ਚੀਜ਼ਾਂ ਨੇ ਉਹ ਚੰਗੀ ਤਰ੍ਹਾਂ ਚੈੱਕ ਕਰਨੀਆਂ ਪੈਂਦੀਆਂ ਨੇ ਉਹਦੇ ਚ ਆਪਾਂ ਦੱਸ ਸਕਦੇ ਹਾਂ ਵੀ ਤੁਹਾਡਾ ਬਣੂਗਾ ਜਾਂ ਨਹੀਂ ਬਣੂਗਾ ਤੇ ਇਹ ਆ ਵੀ ਇਹ ਨਹੀਂ ਹੈਗਾ ਵੀ ਹਰ ਬੰਦੇ ਦਾ ਹੀ ਬਣੂਗਾ ਸੋ ਇੱਕ ਤਾਂ ਇਹ ਗੱਲ ਇਹਦੇ ਚ ਕਲੀਅਰ ਕਰਨ ਵਾਲੀ ਆ ਪਹਿਲਾਂ ਵੀਜ਼ੇ ਦੀ ਜਦ ਆਪਾਂ ਵਰਕ ਪਰਮਿਟ ਦੀ ਗੱਲ ਕਰਦੇ ਆ ਦੂਜੀ ਕਿਹਦੇ ਚ ਮੈਂ ਗੱਲ ਕਲੀਅਰ ਕਰ ਦਿੰਨਾ ਕਿ ਆਈਲੈਟਸ ਵਾਲਾ ਇਹਦੇ ਚ ਬਹੁਤ ਲੋਕਾਂ ਨੂੰ ਕਿਹਾ ਜਾਂਦਾ ਜੀ ਬਿਨਾਂ ਆਈਲੈਟਸ ਤੋਂ ਇਹ ਉਹ ਸੋ ਬਿਨਾਂ ਆਈਲੈਟਸ ਤੋਂ ਥੋੜਾ ਵੀਜ਼ਾ ਵੀ ਲੱਗ ਸਕਦਾ ਤੁਹਾਨੂੰ ਵਰਕ ਪਰਮਿਟ ਵੀ ਮਿਲ ਸਕਦਾ ਪਰ ਕੈਨੇਡਾ ਦੇ ਵਿੱਚ ਇਹੋ ਜਿਹਾ ਕੋਈ ਪ੍ਰੋਗਰਾਮ ਹੈ ਨਹੀਂ ਜਿਹੜਾ ਤੁਹਾਨੂੰ ਬਿਨਾ ਆਇਲਟਸ ਤੋਂ ਪੱਕੇ ਕਰ ਦੇ ਹਾਂ ਹੁਣ ਇਹ ਇਹ ਆ ਵੀ ਇਹ ਜਿਹੜੇ ਪ੍ਰੋਗਰਾਮਾਂ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਉਹ ਪ੍ਰੋਗਰਾਮ ਨੇ ਜਿਨ੍ਹਾਂ ਦੀ ਸਭ ਤੋਂ ਹੀ ਥੋੜੀ ਆਇਲਟਸ ਦੀ ਰਿਕੁਆਇਰਮੈਂਟ ਆ ਫਿਰ ਤੀਜੀ ਇਹਦੇ ਚ ਚੀਜ਼ ਆ ਜਾਂਦੀ ਹੈ ਜੀ ਸਟੱਡੀ ਦੀ ਸੋ ਇਹਦੇ ਚ ਵਧੀਆ ਚੀਜ਼ ਇਹ ਆ ਵੀ ਸਟੱਡੀ ਆ ਜਿਹੜੀ ਉਹ ਪਲੱਸ 2 ਹੀ ਚਾਹੀਦੀ ਆ ਆਪਨ ਇਦੇ ਵਿੱਚ ਕੋਈ ਤੁਹਾਨੂੰ ਡਿਗਰੀ ਡਿਪਲੋਮਾ ਕੁਝ ਨਹੀਂ ਮੰਗਦੇ ਉਹ ਪਲੱਸ 2 ਤਾਂ ਡੇ ਕੋ ਸਟੱਡੀ ਹੋਵੇ ਐਕਸਪੀਰੀਅੰਸ ਹੋਵੇ ਉਸ ਕੰਮ ਦਾ ਤੇ ਆਇਲਟਸ ਤੁਸੀਂ ਜਿਹੜਾ ਆਪਾਂ ਗੱਲ ਕਰਾਂਗੇ ਵੀ ਸੀਐਲਬੀ 4 ਕੀ ਹੁੰਦਾ ਕਿੰਨੇ ਕਿੰਨੇ ਬੈਂਡ ਚਾਹੀਦੇ ਆ ਉਹ ਆਪਾਂ ਅੱਗੇ ਦੱਸ ਦਿਆਂ ਸੋ ਇਹ ਤਾਂ ਗੱਲ ਹੋ ਗਈ ਵੀਜ਼ਿਆਂ ਤੇ ਵਰਕ ਪਰਮਿਟ ਦੀ ਠੀਕ ਹੈ ਜੀ ਹੁਣ ਐਲਐਮਆ ਲੈ ਕੇ ਬੰਦਾ ਇੱਥੇ ਪਹੁੰਚ ਗਿਆ ਫੇਰ ਗੱਲ ਸ਼ੁਰੂ ਹੁੰਦੀ ਆ ਪੀਆਰ ਦੀ ਠੀਕ ਹੈ ਜੀ ਉੱਥੇ ਇਹ ਪਾਇਲਟ ਪ੍ਰੋਗਰਾਮ ਆ ਜਿਹੜਾ ਕੰਮ ਆਉਂਦਾ ਵੀ ਇਹਦੇ ਵਿੱਚ ਲੱਗਦੀ ਆ ਪੀਆਰ ਇਹ ਕੋਈ ਉਹ ਪ੍ਰੋਗਰਾਮ ਹੈ ਨਹੀਂ ਵੀ ਇਹ ਇੰਡੀਆ ਤੋਂ ਸਿੱਧਾ ਚੱਕ ਕੇ ਕਿਸੇ ਨੂੰ ਇੱਥੇ ਪੀਆਰ ਦੇ ਦੇਊਗਾ ਇਹੋ ਜਿਹਾ ਕੋਈ ਪ੍ਰੋਗਰਾਮ ਇਸ ਟਾਈਮ ਦੇ ਵਿੱਚ ਕੈਨੇਡਾ 'ਚ ਹੈ ਨਹੀਂ ਵੀ ਤੁਹਾਨੂੰ ਐਜ਼ ਅ ਫਾਰਮ ਵਰਕਰ ਐਜ਼ ਅ ਪੋਲਟਰੀ ਵਰਕਰ ਸਿੱਧਾ ਚੱਕ ਕੇ ਪੀਆਰ ਦੇ ਦੇ ਤੁਹਾਨੂੰ ਇੱਥੇ ਐਲਐਮਆਈਏ ਤੇ ਬੁਲਾਇਆ ਜਾਊਗਾ ਤੁਸੀਂ ਇੱਥੇ ਕੰਮ ਕਰੋਗੇ ਉਹ ਤੋਂ ਬਾਅਦ ਆਪਣੀ ਪੀਆਰ ਦੀ ਕਹਾਣੀ ਆ ਜੀ ਸ਼ੁਰੂ ਹੁੰਦੀ ਆ ਫਿਰ ਇੱਥੇ ਆਪਾਂ ਐਗਰੀ ਫੂਡ ਪਾਇਲਟ ਦੀ ਗੱਲ ਕਰਦੇ ਆਂ ਬਜੀ ਹੁਣ ਇੰਡੀਆ ਦੇ ਵਿੱਚ ਜਿਵੇਂ ਹੁਣ ਮੁਰਗੇ ਫੜਨ ਵਾਲੀ ਆਪਾਂ ਗੱਲ ਕਰਤੀ ਵੀ ਜੇ ਹੁਣ ਆਪਾਂ ਵੀਡੀਓ ਪਾਤੀ ਉਹ ਕਿਸੇ ਨੇ ਦੇਖ ਲੈਣੀ ਹੋਣਾ ਵੀ ਖੋਲਤੀ ਭਰਤੀ ਚੱਕ ਦਾ ਕੰਮ ਉਹ ਮੁਰਗੇ ਫੜਨ ਵਾਲੀ ਜਿਨ੍ਹਾਂ ਨੇ ਪੋਲਟਰੀ ਫਾਰਮ ਖੋਲੇ ਆ ਵੀ ਤੇ ਖੁੱਲੇ ਪਏ ਆ ਠੀਕ ਆ ਤੁਸੀਂ ਵੀ ਹਮੇਸ਼ਾ ਇਹ ਗੱਲ ਕਰਦੇ ਹੋ ਕਿ ਇੱਕ ਚੀਜ਼ ਨੂੰ ਦਿਖਾਉਣ ਦਾ ਵੇ ਹੁੰਦਾ ਸੋ ਵੀਜ਼ੇ ਹੈਗੇ ਆ ਸਾਰੀਆਂ ਚੀਜ਼ਾਂ ਹੈਗੀਆਂ ਬਟ ਟਰਮਸ ਐਂਡ ਕੰਡੀਸ਼ਨ ਨੂੰ ਫਾਲੋ ਕਰੋ ਠੀਕ ਹੈ ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੋ ਨੇ ਇਸ ਪ੍ਰੋਗਰਾਮ ਦੇ ਰਿਲੇਟਡ ਠੀਕ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਵਟਸਐਪ ਨੰਬਰ ਵੀ ਦੇ ਦੇਨੇ ਆ ਠੀਕ ਹੈ ਤੇ ਇੱਕ ਫਾਰਮ ਵੀ ਦੇ ਦੇਨੇ ਆ ਉਹਨੂੰ ਫਿਲ ਕਰਕੇ ਸਾਨੂੰ ਭੇਜ ਸਕਦੇ ਹੋ ਠੀਕ ਹੈ ਤੇ ਇੱਥੇ ਇੱਕ ਹੋਰ ਚੀਜ਼ ਹੈ ਕਿ ਇਸ ਚੀਜ਼ ਨੂੰ ਸਾਰਾ ਐਕਸਪਲੇਨ ਕੀਤਾ ਜਾਊਗਾ ਜੇ ਤੁਸੀਂ ਉਸ ਚੀਜ਼ ਦੇ ਵਿੱਚ ਕਾਬਿਲ ਹੋਵੋਗੇ ਤਾਂ ਤੁਹਾਨੂੰ ਡੈਫੀਨਿਟਲੀ ਅੱਗੇ ਦੱਸਿਆ ਜਾਊਗਾ ਹੁਣ ਬਾਈ ਜੀ ਗੱਲ ਕਰਦੇ ਆਪਾਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੀ ਤੇ ਹੁਣ ਮੈਨੂੰ ਇਹ ਦੱਸੋ ਕਿ ਵੀਜ਼ੇ ਖੁੱਲ ਗਿਆ ਜੀ ਫਾਰਮ ਵਰਕਰ ਚਾਹੀਦੇ ਆ ਖੇਚਲੋ ਤਿਆਰੀ ਠੀਕ ਹੈ ਬਹੁਤ ਵੱਡਾ ਕੰਮ ਕਰਤਾ ਠੀਕ ਹੈ ਇਦਾਂ ਦੀ ਐਡਵਰਟਾਈਜ਼ਮੈਂਟ ਹੁੰਦੀਆਂ ਨੇ ਜੀ ਜੀ ਤੁਸੀਂ ਦੀ ਹੁਣ ਤੁਸੀਂ ਐਕਸਪਲੇਨ ਕਰੋ ਪੂਰਾ ਪ੍ਰੋਗਰਾਮ ਵੀ ਹੈ ਕੀ ਸੋ ਇਹ ਪ੍ਰੋਗਰਾਮ ਦੇ ਵਿੱਚ ਜੀ ਜੇ ਆਪਾਂ ਖੁੱਲਣ ਬੰਦ ਹੋਣ ਦੀ ਗੱਲ ਕਰੀਏ ਉਹ ਇਸ ਤਰੀਕੇ ਨਹੀਂ ਹੁੰਦਾ ਖੁੱਲਣ ਬੰਦ ਹੋਣ ਵਾਲੀ ਜੇ ਆਪਾਂ ਸਿਰਫ ਐਗਰੀ ਫੂਡ ਪਾਇਲਟ ਦੀ ਗੱਲ ਕਰੀਏ ਤਾਂ ਬਿਨਾ ਵੀ ਪ੍ਰੋਗਰਾਮ ਨੇ ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ ਸੋ ਇਹਦੇ ਚ ਕੀ ਹੈ ਕਿ ਇਹਦੇ ਚ ਕੋਟਾ ਹੁੰਦਾ ਅ ਇਹਦੇ ਚ ਕੋਟਾ ਮੈਂ ਇੱਥੇ ਦਿਖਾ ਵੀ ਦਿਨਾ ਉਹ ਤੁਹਾਨੂੰ ਵੀ ਜੇ ਆਪਾਂ ਕੋਟੇ ਦੀ ਗੱਲ ਕਰੀਏ ਇਹਦੇ ਚ ਕੁਝ ਕੁ ਓਕਿਊਪੇਸ਼ਨਾਂ ਨੇ ਆਹ ਜਿਹੜੀਆਂ ਹੈਗੀਆਂ ਇਹਦੇ ਚ ਲਾ ਲੋ ਵੀ 1 2 3 4 ਤੇ 5 অকুপੇਸ਼ਨਾਂ ਨੇ ਸੋ ਇੱਕ ਫਾਰਮ ਪੰਜਾਬੀ ਚਾ ਸਮਝਾਓ ਇਹ ਸਾਰੇ ਆ ਤੇ ਫਿਰ ਕੰਮ ਖਿੰਡਰ ਜਾਣਾ ਆ ਤੇ ਇਹ ਕਿਹੜਾ ਕਿਹੜਾ ਚਾਹੀਦਾ ਤੇ ਆ ਹਾਂ ਜੀ ਹੁਣ ਇਹਦੇ ਚ ਇੱਕ ਤਾਂ ਹੈਗੀ ਜੀ ਫਾਰਮ ਸੁਪਰਵਾਈਜ਼ਰ ਦੀ ਜਿਹੜੀ ਮਤਲਬ ਜੌਬ ਹੈ ਜੇ ਤੁਹਾਨੂੰ ਫਾਰਮ ਸੁਪਰਵਾਈਜ਼ਰ ਦੀ ਜੌਬ ਮਿਲਦੀ ਆ ਤੇ ਉਹਦੀ ਕੰਡੀਸ਼ਨ ਹੈਗੀ ਆ ਵੀ ਤੁਸੀਂ 1 ਸਾਲ ਕੈਨੇਡਾ ਦੇ ਵਿੱਚ ਫਾਰਮ ਸੁਪਰਵਾਈਜ਼ਰ ਐਜ਼ ਕੰਮ ਕੀਤਾ ਤਾਂ ਉਹਨਾਂ ਨੇ 50 ਸੁਪਰਵਾਈਜ਼ਰ ਹਰ ਸਾਲ ਆ ਜਿਹੜੇ ਪੱਕੇ ਕਰਨੇ ਆ ਸੋ ਜਦੋਂ ਉਹਨਾਂ ਦਾ ਨੰਬਰ 50 ਹੋ ਗਿਆ ਤਾਂ ਇਹ ਕੋਟਾ ਬੰਦ ਹੋ ਜਾਣਾ ਠੀਕ ਆ ਜੀ ਉਹ ਤੋਂ ਬਾਅਦ ਅੱਗੇ ਆ ਗਿਆ ਇੰਡਸਟਰੀਅਲ ਬੂਚਰ ਜਾਂ ਰਿਟੇਲ ਬੂਚਰ ਇਹ ਹੋਗੇ ਆਪਣੇ ਛਟਕਈ ਹਾਂ ਜੀ ਸੋ ਆਪਣੇ ਪੰਜਾਬ ਦੇ ਵਿੱਚ ਲਾ ਲੋ ਵੀ ਕੋਈ ਬੰਦਾ ਛਟਕਈ ਦਾ ਕੰਮ ਜਾਣਦਾ ਇੰਗਲਿਸ਼ ਉਹਦੀ ਹੈਗੀ ਆ ਇੰਨੀ ਕੁ ਪਲੱਸ 2 ਕੀਤੀ ਹੋਈ ਆ ਉਹਨੂੰ ਐਲਮ ਆਈ ਇਹ ਮਿਲ ਜਾਂਦੀ ਆ ਉਹ ਇਥੇ ਆ ਕੇ ਸਾਲ ਕੰਮ ਕਰ ਲੈਂਦਾ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਚਟਕੀਆਂ ਦਾ ਨੰਬਰ ਦੇਖੋਗੇ 1470 ਚਟਕਈ ਉਹਨਾਂ ਨੇ ਸਾਲ ਦੇ ਵਿੱਚ ਪੱਕੇ ਕਰਨੀਆਂ ਠੀਕ ਆ ਜੀ ਫਿਰ ਉਹ ਤੋਂ ਬਾਅਦ ਇਹ ਆਪਣੇ ਆਗੇ ਫੂਡ ਪ੍ਰੋਸੈਸਿੰਗ ਵਾਲੇ ਲੇਬਰਰ ਇਹ ਜਿਹੜੇ ਹੁੰਦੇ ਆ ਵੀ ਜਿਹੜੇ ਕੰਮਕਾਰ ਕਰਦੇ ਆ ਵੀ ਫੂਡ ਪ੍ਰੋਸੈਸਿੰਗ ਵਾਲੀ ਇੰਡਸਟਰੀ ਦੇ ਵਿੱਚ ਜਿੱਥੇ ਮਤਲਬ ਫੂਡ ਬਣਦਾ ਨਹੀਂ ਉਹ ਤੋਂ ਪਹਿਲਾਂ ਪ੍ਰੋਸੈਸ ਹੁੰਦਾ ਮਤਲਬ ਰਾ ਮਟੀਰੀਅਲ ਨੂੰ ਪ੍ਰੋਸੈਸ ਕੀਤਾ ਜਾਂਦਾ ਇਹ ਉਹ ਆਗੇ 730 ਇਹ ਕਰਨੇ ਆ ਤੇ ਇਹ ਆ ਗਏ ਜੀ ਆਪਣੇ 8431 ਵਾਲੇ ਜਰਨਲ ਫਾਰਮ ਵਰਕਰ ਹਨਾ ਜਿਹਦੇ ਵਿੱਚ ਕਿਹੜੇ ਹੁੰਦੇ ਆ ਇਹਦੇ ਵਿੱਚ ਸਾਰੇ ਆ ਗਏ ਜੀ ਇਹਦੇ ਵਿੱਚ ਜਰਨਲ ਫਾਰਮ ਵਰਕਰ ਦੇ ਵਿੱਚ ਆਪਣੇ ਜਿਹੜੇ ਖੇਤਾਂ 'ਚ ਵੈਸੇ ਕੰਮ ਕਰਦੇ ਆ ਉਹ ਵੀ ਆ ਜਾਣਗੇ ਇਹਦੇ ਵਿੱਚ ਪੋਲਟਰੀ ਵਾਲੇ ਵੀ ਆ ਜਾਣਗੇ ਇਹਦੇ ਵਿੱਚ ਨਰਸਰੀ ਵਾਲੇ ਵੀ ਆ ਜਾਣਗੇ ਜਿਹੜੇ ਜਿਹੜੇ 8431 ਦੇ ਵਿੱਚ ਆਉਂਦੇ ਆ ਸੋ ਇਹਦੇ ਵਿੱਚ ਮੁਰਗੇ ਫੜਨ ਵਾਲੇ ਸਾਰੇ ਆ ਸਕਦੇ ਆ ਤੇ ਇਹ 200 ਬੰਦਾ ਇਹਨਾਂ ਨੇ ਹਰ ਸਾਲ ਇਸ ਪ੍ਰੋਗਰਾਮ ਦੇ ਵਿੱਚ ਪੱਕਾ ਕਰਨਾ ਹੁੰਦਾ ਤੇ ਉਹ ਤੋਂ ਬਾਅਦ ਆ ਗਈ ਜੀ ਹਾਰਵੈਸਟਿੰਗ ਲੇਬਰਰ ਜਿਹੜੇ ਹਾਰਵੈਸਟਿੰਗ ਲੇਬਰਰ ਆ ਇੱਥੇ ਮਤਲਬ ਇਹ ਅੱਡ ਉਹ ਦਿੱਤਾ ਜਾਂਦਾ ਉਹਨਾਂ ਨੂੰ ਜਿਹੜੇ ਬੰਦੇ ਸਿਰਫ ਤੇ ਸਿਰਫ ਜਦੋਂ ਇੱਥੇ ਕਣਕਾਂ ਦੀ ਸੌਰੀ ਫਸਲਾਂ ਦੀ ਵढਾਈ ਹੁੰਦੀ ਆ ਵੀ ਉਸ ਟਾਈਮ ਦੇ ਉੱਪਰ ਹੈਲਪ ਕਰਨ ਆਉਂਦੇ ਆ ਸੋ ਉਹਨਾਂ ਦੇ ਵਿੱਚ 300 ਬੰਦਾ ਇਹਨਾਂ ਨੇ ਹਰ ਸਾਲ ਪੱਕਾ ਕਰਨਾ ਹੁੰਦਾ ਸੋ ਇਹ ਜਦ ਕੋਟਾ ਪੂਰਾ ਹੋ ਗਿਆ ਤਾਂ ਜਿਹੜਾ ਇਹ ਪਰਟੀਕੂਲਰ ਪ੍ਰੋਗਰਾਮ ਆ ਵੀ ਇਹੇ ਪ੍ਰੋਗਰਾਮ ਆ ਇਹ ਬੰਦ ਹੋ ਗਿਆ ਹਮ ਠੀਕ ਹੈ ਜੀ ਪਰ ਇਹ ਤਾਂ ਬਿਨਾ ਹੋਰ ਵੀ ਪ੍ਰੋਗਰਾਮ ਹੈਗੇ ਉਹ ਮਤਲਬ ਫਿਰ ਆਪਣੇ ਜਿਵੇਂ ਕੰਮ ਆਉਣਗੇ ਵੀ ਸਪੈਸੀਫਿਕ ਉਹਦੇ ਤੇ ਜਿਵੇਂ ਹੁਣ ਜੇ ਆਪਾਂ ਜਰਨਲ ਫਾਰਮ ਵਰਕਰ ਏਸ ਦੀ ਗੱਲ ਕਰੀਏ ਹਨਾ ਇਹ ਜਿ ਮੁਰਗੇ ਫੜਨ ਵਾਲੇ ਵੀ ਆ ਗਏ ਇਹਦੇ ਚ ਆਮ ਖੇਤ ਚ ਕੋਈ ਕਹੀ ਦਾ ਕੰਮ ਕਰਦਾ ਕੋਈ ਕਿਵੇਂ ਵੀ ਕੰਮ ਕਰਦਾ ਉਹ ਸਾਰੇ ਵੀ ਆ ਗਏ ਹੁਣ ਜਰਨਲ ਫਾਰਮ ਵਰਕਰ ਵਾਲਾ ਜੇ ਕੋਈ ਬੰਦਾ ਮੰਨ ਲਓ ਐਲ ਐਮ ਆਈ ਏ ਲੈ ਕੇ ਅਨਟੈਰੀਓ ਚ ਆਇਆ ਓਕੇ ਜੀ ਆਪਣੇ ਵਾਲੀ ਸਟੇਟ ਦੇ ਵਿੱਚ ਆ ਗਿਆ ਹਨਾ ਹਾਂਜੀ ਇੱਥੇ ਉਹਨੇ 9 ਮਹੀਨੇ ਕੰਮ ਕਰ ਲਿਆ ਠੀਕ ਆ ਜੀ 9 ਮਹੀਨਿਆਂ ਬਾਅਦ ਉਹ ਆਪਣੀ ਫਾਈਲ ਆ ਜਿਹੜੀ OINP ਜਿਹੜੀ ਅੰਟਾਰੀਓ ਦਾ ਨੋਮੀਨੀ ਪ੍ਰੋਗਰਾਮ ਆ ਉਹਦੇ ਵਿੱਚ ਪਾ ਸਕਦਾ ਤੇ ਉਹਦੇ ਵਿੱਚ ਇਹੋ ਜਿਹਾ ਕੋਟਾ ਕੋਈ ਨਹੀਂ ਹੈਗਾ ਉਹਦੇ ਵਿੱਚ ਮਤਲਬ ਟੋਟਲ ਆਪਾਂ ਨੂੰ ਅੰਟਾਰੀਓ ਨੂੰ 9000 ਬੰਦੇ ਦਾ ਸਾਲ ਦਾ ਕੋਟਾ ਮਿਲਿਆ ਤੇ ਉਹਦੇ ਵਿੱਚ ਫਾਰਮ ਵਰਕਰ ਨੇ ਜਿਹੜੇ ਉਹ ਬਹੁਤ ਸੌਖੇ ਪੱਕੇ ਹੋ ਜਾਂਦੇ ਨੇ ਕਿਉਂਕਿ ਇਹਦਾ ਜਿਹੜਾ ਸਕੋਰ ਹੁੰਦਾ ਉਹ 14 15 ਹੀ ਹੁੰਦਾ ਤੇ ਉਹ ਆਮ ਬੰਦਾ ਜਿਹਦੀ ਪਲੱਸ 2 ਕੀਤੀ ਆ ਜਿਹਦੇ ਚਾਰਕ ਬੈਂਡ ਹੈਗੇ ਈਚ ਇੱਕ ਜੋ 3.4 ਹੈਗੇ ਤੇ ਉਹ ਰਾਮਨਾਲੀ ਉਹਦੇ ਨੰਬਰ ਆ ਜਿਹੜੇ ਪਲੱਸ 2 ਵਾਲੇ ਦੇ ਬੰਦੇ ਤੇ ਪੂਰੇ ਹੋ ਜਾਂਦੇ ਆ ਸੋ ਇਸੇ ਤਰੀਕੇ ਮਤਲਬ ਅੱਡ-ਅੱਡ ਪ੍ਰਵਿੰਸਾਂ ਦੇ ਹੋਰ ਨੋਮਿਨੀ ਪ੍ਰੋਗਰਾਮ ਹੈਗੇ ਜਿਹੜੇ ਫਾਰਮ ਵਰਕਰ ਤੇ ਕੰਮ ਕਰਦੇ ਆ ਅੱਛਾ ਜਿਹੜਾ ਉਹ ਮੈਂ ਮੁਰਗੇ ਵਾਲੀ ਵੀਡੀਓ ਆਪਾਂ ਜਿਹੜੀ ਗੱਲ ਕਰਦੇ ਸੀ ਉਹ ਸਪੈਸੀਫਿਕਲੀ ਕਿਊਬਕ ਦਾ ਪ੍ਰੋਗਰਾਮ ਆ ਇੱਕ ਜਿਹਦੇ ਚ ਉਹਨਾਂ ਨੂੰ ਹੋਰ ਕੋਈ ਫਾਰਮ ਵਰਕਰ ਨਹੀਂ ਚਾਹੀਦਾ ਅੱਛਾ ਮੁਰਗੇ ਫੜਨ ਵਾਲਾ ਬੰਦਾ ਲੈ ਕੇ ਆਓ ਪਰ ਉਹਨਾਂ ਦੀ ਸ਼ਰਤ ਬਹੁਤ ਇੱਕ ਕੱਬੀ ਆ ਉਹ ਕਹਿੰਦੇ ਵੀ ਫ੍ਰੈਂਚ ਚਾਉਣੀ ਚਾਹੀਦੀ ਆ ਹੁਣ ਬਾਈ ਜੀ ਹੁਣ ਪਹਿਲਾਂ ਤੇ ਅੰਗਰੇਜ਼ੀ ਸਿੱਖੀਏ ਫਿਰ ਫ੍ਰੈਂਚ ਸਿੱਖੀਏ ਫਿਰ ਬੰਦਾ ਮੈਂ ਕਹਿੰਦਾ ਵੀ 12ਵੀਂ ਕਰਾ ਕੇ ਉਹਨੂੰ ਉੱਥੇ ਖੇਤਾਂ ਖੂਤਾਂ ਚ ਨਾਲ ਫ੍ਰੈਂਚ ਕਰਾਉਣ ਲੱਗ ਜੀ ਉਹ ਤੇ ਫਿਰ ਮੁਰਗੇ ਫੜਨ ਦੀ ਪ੍ਰੈਕਟਿਸ ਕਰਕੇ ਆਵੇ ਤੇ ਉਹ ਤੇ ਫਿਰ ਪੀਆਰ ਪੱਕਈ ਆ ਸੋ ਦੇਖੋ ਇਹ ਤਾਂ ਇਹ ਹੈ ਜੀ ਵੀ ਐਟ ਦਾ ਐਂਡ ਵੀ ਦੇਖੋ ਕਨੇਡਾ ਦੀ ਪੀਆਰ ਸੌਖੀ ਤਾਂ ਕਿਸੇ ਵਾਸਤੇ ਵੀ ਨਹੀਂ ਜਿਹੜੇ ਸਟੂਡੈਂਟ ਆਉਂਦੇ ਆ ਉਹ ਵੀ ਵਿਚਾਰੇ ਇੱਥੇ 2 ਸਾਲ ਕੰਮ ਕਰਦੇ ਆ ਸ਼ਿਫਟਾਂ ਲਾਉਂਦੇ ਆ ਫੇਰ ਕਿਸੇ ਫੇਰ ਕੰਮ ਕਰਦੇ ਆ ਫੇਰ ਜਾ ਕੇ ਕਿਤੇ ਪੱਕੇ ਹੁੰਦੇ ਆ ਉਹਨੇ ਜੇ ਤੁਹਾਨੂੰ ਸਿੱਧਾ ਖੇਤ ਤੋਂ ਲਿਆ ਕੇ ਉਰੇ ਕੈਨੇਡਾ ਦੇ ਵਿੱਚ ਸਾਲ ਤਨਖਾਹ ਦੇ ਕੇ ਪੱਕਾ ਕਰ ਰਹੇ ਆ ਤਾਂ ਕੋਈ ਸ਼ਰਤਾਂ ਤਾਂ ਰੱਖਣਗੀ ਦੇਖੋ। ਹਾਂਜੀ। ਉਹ ਇਸ ਗੱਲ ਨਾਲ ਤਾਂ ਬਾਈ ਜੀ ਐਗਰੀ ਹਾਂ ਮੈਂ ਹੁਣ ਆਪਾਂ ਵੀਜ਼ੇ ਤੋਂ ਗੱਲ ਕਰਦੇ ਆਂ ਵੀ ਵੀਜ਼ੇ ਤੋਂ ਪ੍ਰੋਸੈਸ ਸਮਝਾਓ ਹੁਣ ਸਾਡੇ ਜਿਹੜੇ ਪੰਜਾਬੀ ਵੀਰ ਆ ਕਿਸਾਨ ਵੀਰ ਆ ਉਹ ਤਿਆਰ ਪਰ ਤਿਆਰ ਬੈਠੇ ਉਹਨਾਂ ਨੇ ਵੀਡੀਓ ਖੋਲਣੀ ਉਹਨਾਂ ਨੇ ਵੀ ਲਿਆਓ ਲਾ ਦਿਓ। ਠੀਕ ਹੈ ਮਾੜਾ ਜਿਹਾ ਪ੍ਰੋਸੈਸ ਵੀ ਸਮਝਾਓ ਵੀ ਤੁਸੀਂ ਤੇ ਹੁਣ ਜਾਂਦੇ ਹੀ ਉੱਥੇ ਲੈ ਗਏ ਵੀ ਪੀਆਰ ਪਾ ਹੀ ਦਿੱਤੀ ਤੁਹਾਡੀ ਤੇ। ਹਾਂਜੀ। ਸੋ ਇਹਦਾ ਪ੍ਰੋਸੈਸ ਆ ਜੀ ਪ੍ਰੋਸੈਸ ਜਿਵੇਂ ਮੈਂ ਕਿਹਾ ਵੀ ਕੋਈ ਵੀ ਜਿਹੜਾ ਫਾਰਮ ਵਾਲੀ ਚੀਜ਼ ਆ ਭਾਵੇਂ ਉਹ ਫਾਰਮ ਵਰਕਰ ਆ ਭਾਵੇਂ ਸੁਪਰਵਾਈਜ਼ਰ ਆ ਉਹ ਸਟਾਰਟ ਹੋਣੀ ਆ ਜੀ ਐਲਐਮਆਈ ਤੋਂ ਓਕੇ ਜੀ ਤੁਸੀਂ ਸਿੱਧਾ ਉੱਥੇ ਬੈਠੇ ਇਹ ਨਹੀਂ ਕਹਿ ਸਕਦੇ ਵੀ ਮੈਂ ਜੀ ਮੈਨੂੰ ਵਰਕ ਪਰਮਿਟ ਦੇ ਦਿਓ ਤੇ ਮੈਂ ਚੱਲਿਆਂ ਫਾਰਮ ਵਰਕਰ ਦਾ ਕੰਮ ਕਰਨਾ ਪਹਿਲਾਂ ਤੁਹਾਨੂੰ 雇ਰ ਲੱਭਣਾ ਪੈਣਾ ਜਿਹੜਾ ਤੁਹਾਨੂੰ ਐਲਐਮਆਈ ਦੇ ਦੇ ਸੋ ਐਲਐਮਆਈ ਜਦ ਤੁਹਾਨੂੰ ਮਿਲ ਗਈ ਫਿਰ ਉਸ ਐਲਐਮਆਈ ਦੇ ਬੇਸ ਤੇ ਆਪਾਂ ਵਰਕ ਪਰਮਿਟ ਅਪਲਾਈ ਕਰਾਂਗੇ ਸੋ ਜਿਹੜਾ ਵਰਕ ਪਰਮਿਟ ਹੈ ਉਹ ਜਦ ਅਪਰੂਵ ਹੋ ਜਾਂਦਾ ਫਿਰ ਤੁਸੀਂ ਕੈਨੇਡਾ ਆਉਂਗੇ ਕੈਨੇਡਾ ਆ ਕੇ ਫਿਰ ਡਿਪੈਂਡ ਕਰਦਾ ਵੀ ਜਿਵੇਂ ਜੇ ਤੁਸੀਂ ਅਨਟਾਰੀਓ ਚ ਆਏ ਤਾਂ 9 ਮਹੀਨੇ ਕੰਮ ਕਰਨ ਤੋਂ ਬਾਅਦ ਤੁਸੀਂ ਫਾਈਲ ਲਾ ਸਕਦੇ ਹੋ ਜੇ ਤੁਸੀਂ ਕਿਤੇ ਹੋਰ ਆਏ ਐਗਰੀ ਫੂਡ ਪਾਇਲਟ ਚ ਲਾਉਣੀ ਹੈ ਤਾਂ 1 ਸਾਲ ਕੰਮ ਜਦ ਤੁਸੀਂ ਕਰ ਲਿਆ ਇਹਦੇ ਚ ਤੁਸੀਂ ਫਾਈਲ ਆਪਣੀ ਲਾ ਦੇਣੀ ਹੈ ਸੋ ਫਾਈਲ ਦੇ ਵਿੱਚ ਵੀ ਇਹ ਆ ਵੀ ਉਹ ਤੋਂ ਬਾਅਦ ਵੀ ਸਾਲ ਡੇਢ ਸਾਲ ਇਹਨੂੰ ਲੱਗ ਜਾਂਦਾ ਪਰ ਉਹ ਸਾਲ ਡੇਢ ਸਾਲ ਤੁਹਾਨੂੰ ਵਰਕ ਪਰਮਿਟ ਮਿਲਦੇ ਰਹਿੰਦੇ ਆ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਹਾਂ ਹੁਣ ਤੁਸੀਂ ਵਾਪਸ ਜਾਓ ਆਪਦਾ ਤੁਸੀਂ ਕੰਮ ਕਰਦੇ ਰਹਿੰਨੇ ਹੋ ਤੇ ਪਿੱਛੋਂ ਤੁਹਾਡੀ ਜਿਹੜੀ ਪੀਆਰ ਆ ਉਹ ਆ ਜਾਂਦੀ ਆ ਤੇ ਇਹਦੇ 'ਚ ਇਹ ਹੈ ਜੀ ਵੀ ਇਹ ਜਦ ਆਪਾਂ ਪੀਆਰ ਦੀ ਫਾਈਲ ਪਾਉਣੀ ਆ ਤਾਂ ਉਹ ਸਾਰੇ ਪਰਿਵਾਰ ਦੀ ਪਾਉਣੀ ਆ ਇਹਦੇ 'ਚ ਇਹ ਨਹੀਂ ਹੈਗਾ ਵੀ ਹਾਂ ਜੇ ਤੁਸੀਂ ਇਕੱਲੇ ਆਏ ਹੋ ਤਾਂ ਪੀਆਰ ਤੁਹਾਡੇ ਇਕੱਲਿਆਂ ਦੀ ਹੋਊਗੀ ਇਹ ਪੀ ਆਰ ਫਿਰ ਪਰਿਵਾਰ ਦੀ ਹੋਈ ਹੁੰਦੀ ਆ ਸਾਰੇ ਦੀ ਪਿੱਛੇ ਜੇ ਕੋਈ ਸਪਾਊਸ ਆ ਆਪਣਾ ਬੱਚੇ ਨੇ ਉਹ ਸਾਰੇ ਫਿਰ ਵਿੱਚ ਹੀ ਇਕੱਠੇ ਹੋ ਜਾਂਦੇ ਉਸ ਟਾਈਮ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਐਲ ਐਮ ਆਈ ਦੀ ਹਾਂਜੀ ਠੀਕ ਐ ਕਹਿੰਦੇ ਵੀ ਜੇ ਬੰਦਾ ਵਿਸਟਰ ਵੀਜ਼ਾ ਤੇ ਇੱਥੇ ਆ ਜੇ ਠੀਕ ਐ ਤੇ ਉਹ ਫਾਰਮ ਵਰਕਰ ਦਾ ਉਹਨੂੰ ਮਿਲ ਜੇ ਕਿਤੇ ਐਲ ਐਮ ਆਈ ਫਿਰ ਵੀ ਚੱਲ ਜੂ ਬਣ ਜੂ ਗੱਲ ਕਿ ਨਹੀਂ ਬਣਨੀ ਹਾਂਜੀ ਹਾਂਜੀ ਬਿਲਕੁਲ ਬਣ ਜੂਗੀ ਜੀ ਅ ਜਿਵੇਂ ਜੇ ਆਪਾਂ ਐਗਰੀ ਫੂਡ ਪਾਇਲਟ ਦੀ ਗੱਲ ਕਰੀਏ ਇਹਦੇ ਵਿੱਚ ਅੱਛਾ ਇਹਦੇ ਚ ਇਹ ਆ ਵੀ ਕੋਈ ਇਹਦਾ ਨਜਾਇਜ਼ ਫਾਇਦਾ ਨਾ ਚੱਕੇ ਇਹਨਾਂ ਨੇ ਇਹਦੇ ਚ ਇੱਕ ਸ਼ਰਤ ਰੱਖੀ ਆ ਬੜੀ ਕੱਬੀ ਜੀ ਉਹ ਇਹ ਰੱਖੀ ਆ ਵੀ ਓਪਨ ਵਰਕ ਪਰਮਿਟ ਵਾਲਾ ਬੰਦਾ ਇਹ ਚ ਫਾਈਲ ਹੀ ਨਹੀਂ ਲਾ ਸਕਦਾ ਓਕੇ 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 ਵੀ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਜੇ ਉਹ 1 ਸਾਲ ਦਾ ਐਕਸਪੀਰੀਅੰਸ ਤੁਸੀਂ ਓਪਨ ਵਰਕ ਪਰਮਿਟ ਤੇ ਕੀਤਾ ਮੰਨ ਲਓ ਵੀ ਓਪਨ ਵਰਕ ਪਰਮਿਟ ਹੁੰਦਾ ਵੀ ਜਿਵੇਂ ਤੁਸੀਂ ਸਟੂਡੈਂਟ ਸੀ ਤੁਸੀਂ ਸਾਲ ਦਾ ਐਕਸਪੀਰੀਅੰਸ ਉਹਦੇ ਤੇ ਫਾਰਮ ਵਰਕਰ ਚ ਹੀ ਲਾਤਾ ਤਾਂ ਤੁਸੀਂ ਇਹਦੇ ਵਾਸਤੇ एलिਜੀਬਲ ਹੈ ਨਹੀਂ ਇਹਦੇ ਚ ਐਲ ਐਮ ਆਈ ਇਹ ਵਾਲਾ ਹੀ ਫਾਈਲ ਲਾ ਸਕਦਾ ਸੋ ਇਹ ਪ੍ਰੋਗਰਾਮ ਬਣਾਇਆ ਹੀ ਐਲ ਐਮ ਆਈ ਵਾਲਿਆਂ ਵਾਸਤੇ ਗਿਆ ਠੀਕ ਹੈ ਜੀ ਠੀਕ ਹੈ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪ੍ਰੋਗਰਾਮ ਬਣਾਇਆ ਹੋਇਆ ਇਹ ਸਿਰਫ ਐਲ ਐਮ ਆਈ ਬੇਸਡ ਜਿਹੜੇ ਆਉਂਦੇ ਆ ਉਹਨਾਂ ਦੇ ਲਈ ਬਣਾਇਆ ਗਿਆ ਸੋ ਹੁਣ ਬਾਈ ਜੀ ਆਪਾਂ ਗੱਲ ਅੱਗੇ ਕਰ ਲਈਏ ਸੋ ਤੁਸੀਂ एलिਜੀਬਲ ਇੰਡਸਟਰੀਜ਼ ਬਾਰੇ ਦੱਸ ਦਿਓ ਵੀ ਉਹ ਕਿਹੜੇ ਕਿਹੜੇ ਹੈਗੇ ਮੜਾ ਜਾ ਤਾਂ ਠਾਂ ਠਾਂ ਜਾ ਕਰਕੇ ਠੀਕ ਹੈ ਤੇ ਇਹ ਮੁੜ ਕੇ ਸਿਆਪਾ ਜਿਆ ਪਿਆ ਰਹਿੰਦਾ ਮੁੜ ਕੇ ਸਾਡੇ ਬੰਦੇ ਹਾਂਜੀ ਸੋ ਇਹਦੇ ਚ ਮਤਲਬ ਐਲੀਜੀਬਲ ਜਿਹੜੀਆਂ ਇੰਡਸਟਰੀਜ਼ ਨੇ ਇਹ ਖੈਰ ਆਪਣੇ ਕੋਈ ਬਾਲਾ ਕਹ ਲੋ ਵੀ ਮਤਲਬ ਆਪਾਂ ਨੂੰ ਇਹ ਸਟ्रेस ਕਰਨ ਵਾਲੀ ਲੋਡ ਹੈ ਨਹੀਂ ਇਹ ਆ ਵੀ ਜਿਹੜਾ EMPLOYER ਆ ਜਿਹਨੇ ਤੁਹਾਨੂੰ LMI ਦਿੱਤੀ ਉਹ ਆਲਰੇਡੀ ਇਹਨਾਂ ਕਿਸੇ ਇੱਕ ਇੰਡਸਟਰੀ ਚ ਹੋਊਗਾ ਵੀ ਉਹ ਮੀਟ ਦਾ ਕੰਮ ਕਰਦਾ ਹੋ ਸਕਦਾ ਉਹਦੇ ਕੋਲੇ ਗ੍ਰੀਨ ਹਾਊਸ ਨਰਸਰੀ ਜਾਂ ਫੁੱਲਾਂ ਦਾ ਕੰਮ ਹੋ ਸਕਦਾ ਮਸ਼ਰੂਮ ਦਾ ਕੰਮ ਹੋ ਸਕਦਾ ਤੇ ਉਹਦਾ ਆਪਣਾ ਫਾਰਮ ਹੋ ਸਕਦਾ ਕੈਟਲ ਦਾ ਕਹ ਲਓ ਵੀ ਗਾਵਾਂ ਮੱਝਾਂ ਰੱਖੀਆਂ ਹੋ ਸਕਦੀਆਂ ਤੇ ਸੂਰਾਂ ਦਾ ਫਾਰਮ ਹੋ ਸਕਦਾ ਪੋਲਟਰੀ ਜਾਂ ਅੰਡਿਆਂ ਦਾ ਕੰਮ ਹੋ ਸਕਦਾ ਸ਼ੀਪ ਜਾਂ ਗੋਟ ਫਾਰਮਿੰਗ ਹੋ ਸਕਦੀ ਹੈ ਸੋ ਇਹ ਜਿਹੜਾ ਵੀ ਕੋਈ ਇਹੋ ਜਿਹਾ এমਪਲਾਇਰ ਹੈ ਉਹ ਤੁਹਾਨੂੰ ਐਲਐਮਆਈਏ ਦੇ ਸਕਦਾ ਤੇ ਬਾਅਦ ਚ ਤੁਹਾਨੂੰ ਨੋਮੀਨੇਟ ਕਰ ਸਕਦਾ ਇਸ ਪ੍ਰੋਗਰਾਮ ਚ ਹੁਣ ਮੇਨ ਜਿਹੜੀ ਚੀਜ਼ ਆ ਆਪਣੇ ਵਾਸਤੇ ਜ਼ਰੂਰੀ ਉਹ ਇਹ ਹੈ ਵੀ ਇਹਦੇ ਚ ਫਾਈਲ ਕੌਣ ਕੌਣ ਲਾ ਸਕਦਾ ਸੋ ਉਹ ਹੀ ਆ ਵੀ ਉਹਦੇ ਚ ਆਪਾਂ ਜਿਹੜੀ ਗੱਲ ਕੀਤੀ ਸੀ ਇਹ ਜਿਹੜੇ ਰਿਟੇਲ ਫਿਊਚਰ ਹੁੰਦੇ ਆ ਜੀ ਇਹ ਹੁੰਦੇ ਆ ਜਿਹੜੇ ਮਤਲਬ ਆਮ ਦੁਕਾਨਾਂ ਤੇ ਕੰਮ ਕਰਨ ਵਾਲੇ ਚਟਕਈ ਹੁੰਦੇ ਆ ਵੀ ਮਤਲਬ ਜਿੱਥੋਂ ਸਮਾਨ ਜਾ ਰਿਹਾ ਜਦੋਂ ਜਿਹੜੇ ਫਾਈਨਲੀ ਤੁਹਾਨੂੰ ਵੱਢ ਕੇ ਮੀਟ ਦੇ ਰਹੇ ਆ ਹਨਾ ਤੇ ਇੰਡਸਟਰੀਅਲ ਹੁੰਦੇ ਆ ਜਿਹੜੇ ਵੱਡੇ ਵੱਡੇ ਮੀਟ ਦੇ ਕਾਰਖਾਨਿਆਂ ਚ ਕੰਮ ਕਰਦੇ ਆ ਸੋ ਉਹ ਲਾ ਸਕਦੇ ਆ ਇਹਦੇ ਚ ਫਿਰ ਫਾਰਮ ਸੁਪਰਵਾਈਜ਼ਰ ਹੋ ਸਕਦੇ ਆ ਜਿਹੜੇ ਮਤਲਬ ਪੰਜ ਸੱਤ ਮਜ਼ਦੂਰਾਂ ਨੂੰ ਉੱਥੇ ਸੁਪਰਵਾਈਜ਼ ਕਰ ਰਿਹਾ ਹੈ ਉਹਨਾਂ ਦੀਆਂ ਉਹ ਡਿਊਟੀਆਂ ਨੇ ਜਾਂ ਸਪੈਸ਼ਲਾਈਜ਼ਡ ਲਾਈਵਸਟਾਕ ਵਰਕਰ ਹੁੰਦੇ ਆ ਜਿਹੜੇ ਮਤਲਬ ਵੀ ਕੋਈ گاਵਾ ਮੱਝਾਂ ਦਾ ਜਿਵੇਂ ਫਾਰਮ ਹੈ گاਵਾ ਦਾ ਉੱਥੇ ਉਹਨਾਂ ਨੂੰ ਸੁਪਰਵਾਈਜ਼ ਕਰ ਰਿਹਾ ਵੀ ਉਹ ਉਹਦਾ ਕੰਮ ਆ ਮਤਲਬ ਉਹਨੂੰ ਸਪੈਸ਼ਲੀ گاਵਾ ਦਾ ਕੰਮ ਆਉਂਦਾ ਉਸ ਬੰਦੇ ਨੂੰ ਹਨਾ ਫਿਰ ਇਹ ਫੂਡ ਪ੍ਰੋਸੈਸਿੰਗ ਲੇਬਰਰ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਇਹ ਹੁੰਦੇ ਆ ਵੀ ਜਿਹੜੇ ਫੂਡ ਪ੍ਰੋਸੈਸਸ ਵਾਲੇ ਕੰਮ ਚ ਕੰਮ ਕਰਦੇ ਆ ਵੀ ਜੇ ਕੋਈ ਇੰਡਸਟਰੀ ਆ ਮੰਨ ਲਓ ਵੀ ਉਹ ਬੈਕ ਐਂਡ ਤੇ ਕਹੋ ਵੀ ਦੁੱਧ ਦੀ ਕੋਈ ਚੀਜ਼ ਬਣਾ ਕੇ ਬਾਹਰ ਭੇਜ ਰਹੀ ਆ ਉਹਦੇ ਚ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਫੂਡ ਪ੍ਰੋਸੈਸਿੰਗ ਚ ਆ ਜਾਊਗਾ ਤੇ ਫੇਰ ਆਗੇ ਜੀ ਇਹਦੇ ਚ ਜਿਹੜੇ ਇਹ ਦੁਬਾਰੇ ਫੇਰ ਇਹ ਗ੍ਰੀਨ ਹਾਊਸ ਨਰਸਰੀ ਚ ਜਿਹੜੇ ਸੁਪਰਵਾਈਜ਼ਰ ਕੰਮ ਕਰਦੇ ਆ ਇਹ ਜਰਨਲ ਫਾਰਮ ਵਰਕਰ ਤਾਂ ਆਪਾਂ ਗੱਲ ਕਰ ਹੀ ਰਹੀ ਸੀ ਵੀ ਹਰ ਬੰਦਾ ਜਿਹੜਾ ਫਾਰਮ ਤੇ ਕੰਮ ਕਰ ਰਿਹਾ ਜੇ ਉਹ ਕੁਝ ਹੋਰ ਨਹੀਂ ਕਰ ਰਿਹਾ ਤਾਂ ਉਹ ਜਰਨਲ ਫਾਰਮ ਵਰਕਰ ਤਾਂ ਹੈਗਾ ਹੀ ਆ ਦੀ ਹਰਵੈਸਟਿੰਗ ਲੇਬਰਰਲ ਵੀ ਆਪਾਂ ਗੱਲ ਕਰ ਰਹੀ ਸੀ ਸੋ ਬੇਸਿਕਲੀ ਇਹ ਪੰਜ ਹੀ ਇਹਦੇ ਚ ਕੈਟਾਗਰੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪੀਆਰ ਜਿਹੜੀ ਉਹ ਮਿਲਦੀ ਹੈ ਠੀਕ ਹੈ ਜੀ ਠੀਕ ਹੈ ਇਹਦੇ ਚ ਆਪਾਂ ਜਿਹੜੀ ਐਲੀਜੀਬਿਲਟੀ ਦੀ ਗੱਲ ਸੀ ਵੈਸੇ ਆਪਾਂ ਕਰ ਲਈ ਸੀ ਪਰ ਆਪਾਂ ਉਹਨੂੰ ਚੰਗੀ ਤਰ੍ਹਾਂ ਇੱਥੇ ਉਹ ਕਰ ਦਿੰਨਾਂ ਵੀ ਇੱਕ ਤਾਂ ਬੰਦੇ ਕੋਲ ਐਲੀਜੀਬਲ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਜਿਹਦਾ ਮਤਲਬ ਆ ਵੀ ਉਹਦਾ ਕੈਨੇਡਾ ਦੇ ਵਿੱਚ ਕਟੋ ਕਟ 1 ਸਾਲ ਦਾ ਕੰਮ ਉਹਨੇ ਕੀਤਾ ਹੋਣਾ ਚਾਹੀਦਾ ਸੋ ਇਹ ਐਲਐਮਆਈਏ 베ਸਡ ਹੋਣਾ ਚਾਹੀਦਾ ਇਹਨਾਂ ਨੇ ਬਹੁਤ ਸਾਫ਼ ਸਾਫ਼ ਲਿਖਿਆ ਵੀ ਇੱਥੇ ਉਹ ਕੰਮ ਆ ਜਿਹੜਾ ਐਲਐਮਆਈਏ ਤੇ ਕੀਤਾ ਹੋਣਾ ਚਾਹੀਦਾ ਓਪਨ ਵਰਕ ਪਰਮਿਟ ਵਾਲੇ ਇਹਦੇ ਚ ਐਲੀਜੀਬਲ ਨਹੀਂ ਹੁੰਦੇ ਠੀਕ ਹੈ ਜੀ ਉਹ ਤੋਂ ਬਾਅਦ ਆ ਜਿਹੜੀ ਜੌਬ ਆਫਰ ਆ ਤੁਹਾਨੂੰ ਦੇਣੀ ਆ ਤਡੇ ਮਾਲਕ ਨੇ ਜਿਹੜੇ ਨਾਲ ਤੁਸੀਂ ਕੰਮ ਕਰ ਰਹੇ ਹੋ ਫਾਰਮ ਦੇ ਓਨਰ ਨੇ ਉਹਨਾਂ ਨੇ ਮਤਲਬ ਤੁਹਾਨੂੰ ਕਹਿਣਾ ਵੀ ਹਾਂ ਅਸੀਂ ਇਸ ਬੰਦੇ ਨੂੰ ਪੱਕਾ ਹਾਇਰ ਕਰਨਾ ਚਾਹੁੰਦੇ ਹਾਂ ਇਹ ਸਾਰੀ ਚੀਜ਼ ਦਾ ਬਸ ਉਹਨਾਂ ਕੀ ਮਤਲਬ ਹੈ ਇਹਦਾ ਹੋਰ ਆਪਾਂ ਕੁਝ ਹੋ ਨਹੀਂ ਕਰਨਾ ਸੋ ਉਹ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਜਿਹੜੀ ਇੱਕ ਵਧੀਆ ਚੀਜ਼ ਆ ਗਈ ਜੀ ਲੈਂਗੁਏਜ ਦੀ ਰਿਕੁਆਇਰਮੈਂਟਸ ਵੀ ਆਇਲਸ ਕਿੰਨੀ ਚਾਹੀਦੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਵੀ ਕੈਨੇਡਾ ਦੇ ਵਿੱਚ ਇੱਕੇ ਵਹਿਮ ਹੈ ਵੀ ਆਇਲਸ ਉਹ ਜਿਹੜੇ ਕਹਿੰਦੇ ਆ ਵੀ ਤੁਸੀਂ ਆਇਲਸ ਤੋਂ ਬਿਨਾ ਪਹੁੰਚ ਜਾਓਗੇ ਕਿਸੇ ਨਾ ਕਿਸੇ ਤਰੀਕੇ ਫੇਰ ਵੀ ਤਰੀਕੇ ਹੈਗੇ ਪਰ ਪੱਕੇ ਆਇਲਸ ਤੋਂ ਬਿਨਾ ਸਿਰਫ ਦੋ ਬੰਦੇ ਹੁੰਦੇ ਆ ਇੱਕ ਫੈਮਿਲੀ ਕਲਾਸ ਵਾਲੇ ਜਿਹੜਾ ਕੋਈ ਵਿਆਹ ਕਰਾ ਕੇ ਪੱਕਾ ਹੋਇਆ ਜਾਂ ਜਿਹੜਾ ਕੋਈ ਪੀਆਰ ਦਾ ਬੱਚਾ ਹੈ ਡਿਪੈਂਡੈਂਟ ਆ ਦੂਜਾ ਅ ਸੌਰੀ ਫੈਮਿਲੀ ਕਲਾਸ ਦੇ ਵਿੱਚ ਜਾਂ ਤੁਹਾਡੇ ਪੇਰੈਂਟ ਜਾਂ ਗ੍ਰੈਂਡਪੇਰੈਂਟ ਵਾਲੇ ਪ੍ਰੋਗਰਾਮ ਚ ਦੂਜਾ ਪੱਕੇ ਹੁੰਦੇ ਆ ਜੀ ਰਿਫਿਊਜੀ ਤੀਜਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੈਗਾ ਬੀਸੀ ਦੇ ਵਿੱਚ ਬਟ ਉਹ ਤੁਹਾਡੀ ਪੜ੍ਹਾਈ ਬਹੁਤ ਮੰਗਦਾ ਵੀ ਤੁਹਾਡੇ ਕੋਲੇ ਜੋ ਓ ਲੈਵਲ ਦੀ ਜੌਬ ਹੈਗੀ ਹੋਰ ਕੋਈ ਬੰਦਾ ਬਿਨਾ ਆਇਲਟਸ ਤੋਂ ਪੱਕਾ ਨਹੀਂ ਹੋ ਸਕਦਾ ਸੋ ਆਪਾਂ ਇਹਦੀ ਗੱਲ ਕਰਦੇ ਆਂ ਜੀ ਇਹ ਲੈਵਲ 4 ਮੰਗਦੇ ਮੰਗਦਿਆ ਸੋ ਹੁਣ ਇਹ ਜਿਹੜਾ ਲੈਵਲ 4 ਹੁੰਦਾ ਜਦੋਂ ਆਪਾਂ ਆਇਲਟਸ ਦੇ ਸਕੋਰ ਦੀ ਗੱਲ ਕਰਦੇ ਆਂ ਇਹ ਆ ਪਿਆ ਜੀ ਸਭ ਤੋਂ ਨੀਚੇ ਸੋ ਲੈਵਲ 4 ਦਾ ਮਤਲਬ ਇਹ ਹੈ ਵੀ ਰੀਡਿੰਗ ਦੇ ਵਿੱਚ ਸਾਨੂੰ ਸਾਢੇ 3 ਬੈਂਡ ਚਾਹੀਦੇ ਆ ਰਾਈਟਿੰਗ ਦੇ ਵਿੱਚ ਤੁਹਾਨੂੰ 4 ਬੈਂਡ ਚਾਹੀਦੇ ਆ ਲਿਸਨਿੰਗ ਦੇ ਵਿੱਚ 4.5 ਚਾਹੀਦੇ ਆ ਤੇ ਸਪੀਕਿੰਗ ਦੇ ਵਿੱਚ ਸਿਰਫ 4 ਚਾਹੀਦੇ ਆ ਹੂੰ ਹੂੰ ਸੋ ਜੇ ਤੁਸੀਂ ਇੰਨੇ ਬੈਂਡ ਲੈ ਸਕਦੇ ਹੋ ਫੇਰ ਹੀ ਇਸ ਪ੍ਰੋਗਰਾਮ ਨਾਲ ਪੰਗਾ ਲਿਓ ਕਿਉਂਕਿ ਵਰਕ ਪਰਮਿਟ ਬਿਨਾ ਹਾਈਲਾਈਟਸ ਤੋਂ ਵੀ ਕਈ ਵਾਰੀ ਅਪਰੂਵ ਹੋ ਜਾਂਦਾ ਪਰ ਸਾਰੀ ਉਮਰ ਫਿਰ ਬੰਦਾ ਪੱਕਾ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਥੱਲੇ ਆ ਫਰੈਂਚ ਵਾਲਾ ਵੀ ਕਰ ਦੋ ਮੈਂ ਕਿ ਕੋਈ ਨਾ ਕੋਈ ਕਦੇ ਥਾਪੀ ਮਾਰ ਲੇ ਪੱਟ ਤੇ ਵੀ ਹਾਂ ਫਰੈਂਚ ਵਾਲੇ ਵੀ ਹੈਗੇ ਆ ਕੋਈ ਪਤਾ ਫਰੈਂਚ ਵਾਲਿਆਂ ਦੇ ਸਕੋਰ ਇਹਨਾਂ ਦੇ ਖਾਸੇ ਪੜਨੇ ਔਖੇ ਹੋ ਜਾਂਦੇ ਆ ਬਟ ਆਪਾਂ ਮਤਲਬ ਆ ਸਭ ਤੋਂ ਥੱਲੇ ਵਾਲੀ ਲਾਈਨ ਪੜਨੀ ਆ ਜੀ ਸੋ ਇਹਨਾਂ ਦੇ ਇਹਨਾਂ ਦੀ ਜਿੰਨੀ ਫਰੈਂਚ ਪੜਨੀ ਔਖੀ ਆ ਉਹਨਾਂ ਦੇ ਸਕੋਰ ਯਾਦ ਰੱਖਣੇ ਔਖੇ ਆ ਵੀ ਦੇਖ ਲਓ ਵੀ ਆ ਉਰੇ 4 5 ਲਿਖਿਆ ਉਰੇ ਇਹ 331 ਤੋਂ 368 ਹੋਗੇ ਫਿਰ ਫਿਰ ਇਹ 4 5 ਹੋਗੇ ਫਿਰ 342 ਤੋਂ 374 ਹੋਗੇ ਇਹ ਫ੍ਰੈਂਚ ਵਾਲੀ ਜਾਣਨ ਵੀ ਇਹ ਕਿਵੇਂ ਆਉਂਦੇ ਨੇ ਚਲੋ ਜੀ ਇਹ ਤਾਂ ਗੱਲਬਾਤ ਹੋ ਗਈ ਸੋ ਹੁਣ ਬਾਈ ਜੀ ਆਪਾਂ ਇਸ ਮੁੱਦੇ ਦੇ ਉੱਤੇ ਗੱਲ ਕਰ ਲਈ ਵੀ ਐਗਰੀ ਫੂਡ ਪਾਇਲਟ ਪ੍ਰੋਗਰਾਮ ਹੈਗਾ ਜਿਹਦੇ ਅੰਦਰ ਤੁਸੀਂ ਪੀਆਰ ਹੋ ਸਕਦੇ ਹੋ ਸੋ ਉਹਦੇ ਬਾਰੇ ਦੱਸਤਾ ਵੀ ਇਹ ਕੀ ਆ ਪ੍ਰੋਗਰਾਮ ਸੋ ਨਾਲ ਦੀ ਨਾਲ ਸਾਡੇ ਕਿਸਾਨ ਵੀਰਾਂ ਨੂੰ ਇਹ ਵੀ ਚੀਜ਼ ਦੱਸਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਅਪਲਾਈ ਕਰਨਾ ਕਿਸੇ ਵੀ ਪਹਿਲੀ ਗੱਲ ਤਾਂ ਕਿਸੇ ਵੀ ਵੀਜ਼ਾ ਦੀ ਐਪਲੀਕੇਸ਼ਨ ਦੇ ਲਈ ਸੋ ਬਾਈ ਜੀ ਇੱਕ ਰਿਮਾਈਂਡਰ ਆ ਤੁਹਾਡੇ ਤਾਂ ਹੀ ਠੀਕ ਹੈ ਸੋ ਪਿੱਛੇ ਜੇ ਤੁਸੀਂ ਆਰਸੀਆਈਸੀਓ ਠੀਕ ਹੈ ਤੇ ਮਸਲਾ ਕੀ ਬਣਿਆ ਬਾਈ ਜੀ ਵੀ ਰਾਈਟ ਨਾਉ ਆਈਆਰਸੀਸੀ ਜਿਹੜੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਈ ਅਨ ਅਥੋਰਾਈਜ਼ਡ ਕੰਸਲਟੈਂਟ ਨੂੰ ਲੈ ਕੇ ਸੋ ਉਹਦੇ ਬਾਰੇ ਥੋੜੀ ਜਿਹੀ ਇੱਕ ਗੱਲ ਕਰਦੇ ਹੋ ਠੀਕ ਹੈ ਤੇ ਉਹਦਾ ਨੁਕਸਾਨ ਕੀ ਹੋਣ ਵਾਲਾ ਜਿਹੜੇ ਐਪਲੀਕੈਂਟ ਅਨ ਅਥੋਰਾਈਜ਼ਡ ਟੂ ਅਪਲਾਈ ਕਰਦੇ ਆ ਸੋ ਉਹ ਮੜੀ ਜੀ ਚੀਜ਼ ਐਡ ਕਰਦੇ ਹੋ ਫਿਰ ਆਪਾਂ ਇਸ ਚੀਜ਼ ਨਾਲ ਜਾਨੀ ਕਿ ਸਮਾਪਤੀ ਹਲਵਾਦੇ ਆ ਜੀ ਸੋ ਇਹ ਜੀ ਮਾਰਚ ਦੇ ਵਿੱਚ ਵੈਸੇ ਤਾਂ ਫਰਾਡ ਪ੍ਰੋਟੈਕਸ਼ਨ ਮੰਥ ਵੀ ਮਨਾ ਰਹੇ ਆ ਵੀ ਆਈਆਰ ਸੀਸੀ ਵੀ ਮਨਾ ਰਹੀ ਆ ਤੇ ਜਿਹੜਾ ਕਾਲਜ ਆ ਉਹ ਵੀ ਮਨਾ ਰਿਹਾ ਸੋ ਉਹਦੇ ਚ ਇਹਨਾਂ ਨੇ ਕਾਫੀ ਵੀਡੀਓਜ਼ ਟਵਿੱਟਰ ਦੇ ਉੱਪਰ ਫੇਸਬੁੱਕ ਦੇ ਉੱਪਰ ਕਾਫੀ ਕੁਝ ਸ਼ੇਅਰ ਕੀਤਾ ਵੀ अनऑथराइज्ड ਆ ਜਿਹੜੇ ਬੰਦੇ ਤੁਸੀਂ ਉਹਨਾਂ ਕੋਲੇ ਨਹੀਂ ਜਾਣਾ ਹੈਗਾ ਅ ਸੋ ਇਹਦੇ ਚ ਬੇਸਿਕਲੀ ਇਹ ਮੈਂ ਆਪਾਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਸੀ ਵੀ ਹਾਲਾਂਕਿ ਉਹ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਸੀ ਵੀ अनऑथराइज्ड ਜਿਹੜੇ ਉਹੋ ਨੇ ਵੀ ਉਹਨਾਂ ਦੇ ਸਟ੍ਰਿਕਟ ਕੀਤਾ ਜਾਵੇ ਬਟ ਜਿਹੜਾ ਉਹ ਮੈਨੀਟੋਬਾ ਵਾਲਾ ਗੁਜਰਾਤੀ ਫੈਮਿਲੀ ਵਾਲਾ ਇਨਸੀਡੈਂਟ ਹੋਇਆ ਉਹ ਤੋਂ ਬਾਅਦ ਕਾਫੀ ਜ਼ਿਆਦਾ ਹੋਏ ਇਸ ਚੀਜ਼ ਤੇ ਸਕਰੂਟ ਨਹੀਂ ਕਰ ਰਹੇ ਆ ਕਿ ਕੌਣ ਬੰਦਾ ਆ ਰਿਹਾ ਕਿਵੇਂ ਆ ਰਿਹਾ ਤੇ ਉਹਨੂੰ ਭੇਜਣ ਵਾਲਾ ਕੌਣ ਆ ਤੇ ਫਾਰਮ ਕਿਵੇਂ ਭਰੇ ਜਾ ਰਹੇ ਨੇ ਸੋ ਬੇਸਿਕਲੀ ਕੀ ਆ ਕਿ ਸਿੱਧਾ ਜਾਂ ਰੂਲ ਇਹ ਹੈ ਜੀ ਵੀ ਕੈਨੇਡਾ ਇਹ ਕਹਿੰਦਾ ਵੀ ਸਿਰਫ ਤਿੰਨ ਬੰਦੇ ਨੇ ਤਿੰਨ profession ਨੇ ਜਿਹੜੇ ਤੁਹਾਡੇ ਲੀਗਲੀ ਤੁਹਾਡੀ ਫਾਈਲ ਤੋਂ ਫੜ ਕੇ ਲਾ ਸਕਦੇ ਆ ਤੇ ਉਹਦੇ ਪੈਸੇ ਲੈ ਸਕਦੇ ਆ ਇੱਕ RCIC ਜਿਹੜਾ ਕੋਈ ਕਾਲਜ ਆਫ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਦਾ ਮੈਂਬਰ ਹੈ ਦੂਜਾ ਜਿਹੜਾ ਲਾਇਰ ਹੈ ਜਿਹੜਾ ਲਾ ਸੁਸਾਇਟੀ ਆਫ অন্ਟਾਰੀਓ ਜਾਂ ਅਪਰ ਕੈਨੇਡਾ ਦਾ ਮੈਂਬਰ ਹੈ ਤੀਜਾ ਜਿਹੜਾ ਪੈਰਾਲੀਗਲ ਹੈ ਜਿਹੜਾ ਲਾ ਸੁਸਾਇਟੀ ਆਫ অন্ਟਾਰੀਓ ਦਾ ਮੈਂਬਰ ਹੈ ਜਿਹੜੇ ਲਾਇਰ ਨੇ ਉਹ ਕਾ ਮਤਲਬ ਦੂਜੀਆਂ ਵਾਲਾ ਸੁਸਾਇਟੀਆਂ ਦੇ ਕਿਸੇ ਹੋਰ ਪ੍ਰੋਵੈਂਸ ਦੇ ਵੀ ਹੋ ਸਕਦੇ ਆ ਕਿਉਂਕਿ ਉਹਨਾਂ ਦੀ ਆਪਦੀ ਆਪਦੀ ਹੈਗੀ ਬਟ ਇਹ ਤਿੰਨ ਮਤਲਬ ਮੋٹے ਮੋٹے ਵੀ ਜੇ ਤੁਸੀਂ ਬੰਦੇ ਨੂੰ ਪੁੱਛਿਆ ਵੀ ਉਹ ਲਾਇਰ ਆ ਆਰਸੀਆਈ ਸੀ ਆ ਜਾਂ ਪੈਰਾਲੀਗਲ ਆ ਜੇ ਉਹ ਨਹੀਂ ਹੈਗਾ ਤਾਂ ਮਤਲਬ ਤੁਸੀਂ ਉਹਨੂੰ ਪੈਸੇ ਦੇ ਕੇ ਕਹਿ ਲੋਗੇ ਆਪਦੀ ਫਾਈਲ ਵੀ ਖਰਾਬ ਕਰ ਰਹੇ ਹੋ ਤੇ ਆਪਦਾ ਭੁਵਿੱਖ ਵੀ ਖਰਾਬ ਕਰ ਰਹੇ ਹੋ ਕੱਲ ਨੂੰ ਉਹਨੇ ਫਾਈਲ ਚ ਕੀ ਲਿਖ ਦੇਣਾ ਤੇ ਉਹ ਮੁੜ ਕੇ ਤੁਹਾਨੂੰ ਲੱਭਣਾ ਨਹੀਂ ਹੈਗਾ ਫੇਰ ਨੋਟਸ ਕਢਾਈ ਤੋਂ ਹੀ ਪਤਾ ਲੱਗਦਾ ਹੁੰਦਾ ਵੀ ਅੱਛਾ ਆ ਤਾਂ ਫਿਰ ਇਹ ਹੁੰਦਾ ਵੀ ਇਹ ਸ਼ਾਇਦ ਮੈਨੂੰ ਪਤਾ ਹੀ ਨਹੀਂ ਸੀ ਸੋ ਉਹ ਪਤਾ ਨਾ ਹੀ ਹੋਣ ਵਾਲਾ ਸੈਕਟਰ ਆ ਜੇ ਤੁਸੀਂ ਪਹਿਲਾਂ ਖਤਮ ਕਰ ਦੋਗੇ ਤਾਂ ਵਧੀਆ ਗੱਲ ਆ ਕਿਉਂਕਿ ਪਤਾ ਆ ਆਈਆਰ ਸੀਸੀ ਨੂੰ ਵੀ ਹੈ ਵੀ ਕੀ ਚੱਲ ਰਿਹਾ ਹੈ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਬਸ ਇਹ ਆ ਵੀ ਉਹ ਹੌਲੀ 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 ਕੰਮ ਕਰਦੇ ਹੁੰਦੇ ਆ ਉਹ ਸਿੱਧਾ ਠਾ ਸੋਟਾ ਨਹੀਂ ਮਾਰਦੇ ਬਟ ਉਹਨਾਂ ਨੇ ਵੀਡਿੰਗ ਆਊਟ ਆ ਜਿਹੜੀ ਜਿਵੇਂ ਆਪਾਂ ਕਹਿ ਲੀਏ ਵੀ ਨਦੀਨ ਪੱਟਣੀਆਂ ਸ਼ੁਰੂ ਕਰ ਦਿੱਤੇ ਆ ਕਾਫੀ ਇਹਦੇ ਤੇ ਕੰਮ ਹੋ ਰਿਹਾ ਸੋ ਫਿਊਚਰ ਦੇ ਵਿੱਚ ਇਹ ਆ ਵੀ ਥੋੜਾ ਜਿਹਾ ਸੰਭਲ ਕੇ ਚੱਲਣ ਵਾਲਾ ਕੰਮ ਠੀਕ ਐ ਬਾਈ ਜੀ ਠੀਕ ਐ ਸੋ ਬਾਈ ਜੀ ਹੁਣ ਆਰਸੀਆਈਸੀ ਮੈਂਬਰ ਨੇ ਅਥਾਰਾਈਜ਼ ਪਰਸਨ ਨੇ ਠੀਕ ਐ ਲਾਇਸੈਂਸ ਨੰਬਰ ਬਕਾਇਦਾ ਉਹ ਪਿੱਛੇ ਟੰਗਿਆ ਪਿਆ ਸੋ ਇਹ ਕੁਛ ਦਿਨਾਂ ਤੱਕ ਬਾਈ ਜੀ ਨੇ ਲਾਲਜਾ ਕੱਢ ਕੇ ਵੀ ਲਾ ਲੈਣਾ ਜਿਹੜਾ ਨਵਾਂ ਲੋਗੋ ਨਵਾਂ ਹਾਂਜੀ ਹਾਂ ਤੇ ਉਹ ਵੀ ਬਾਈ ਜੀ ਹੁਣਾਂ ਨੇ ਲਾ ਲੈਣਾ ਸੋ ਬਾਕੀ ਆ ਜਿਹੜੀਆਂ ਵੀ ਕੈਨੇਡਾ ਇਮੀਗ੍ਰੇਸ਼ਨ ਦੀਆਂ ਜਿੰਨੀਆਂ ਵੀ ਸਰਵਿਸਿਜ਼ ਹੈਗੀਆਂ ਉਹ ਸਾਡੇ ਕੋਲੇ ਅਵੇਲੇਬਲ ਨੇ ਠੀਕ ਹੈ ਤੇ ਬਾਕੀ 100 ਡਾਲਰ ਸਾਡੇ ਕੰਸਲਟੇਸ਼ਨ ਚਾਰजेस ਨੇ ਜੋ ਕਿ ਅਸੀਂ ਲੈਸ ਕਰ ਦਿੰਨੇ ਆ ਠੀਕ ਹੈ ਵੀ ਜਦੋਂ ਤੁਹਾਡੀ ਪੂਰੀ ਫਾਈਲ ਦੀ ਫੀਸ ਆ ਜਾਂਦੀ ਜਾਂ ਸਾਡੇ ਨਾਲ ਪਰਸਿਊ ਕਰਦੇ ਅੱਗੇ ਜਾ ਕੇ ਸੋ ਇਹ ਚੀਜ਼ ਐਡਵਾਂਟੇਜ ਦਿੱਤਾ ਜਾਂਦਾ ਸੋ ਬਾਕੀ ਜੇ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਆ ਜਿਆਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਸਾਨੂੰ ਇਨਕੁਆਇਰੀ ਕਰ ਸਕਦੇ ਹੋ ਤੇ ਬਾਈ ਜੀ ਹੁਣ ਆਪਾਂ ਚੱਲੀਏ